ਐਵੇਂ ਨਾ ਜਿੰਦੇ ਮਾਣ ਕਰੀ ਅਈ ਦਿਨ ਦੀ ਪਰੌਣੀ ਇੱਥੇ ਤੂੰ। ਦੋਸਤੋ ਅੱਜ ਇੱਕ ਛੋਟੀ ਜੀ ਕਹਾਣੀ ਦੇ ਜ਼ਰੀਏ ਤੁਹਾਨੂੰ ਕੁਝ ਗੱਲਾਂ ਸਮਝਾਉਣ ਦੀ ਕੋਸ਼ਿਸ਼ ਕਰਾਂਗੇ। ਇਹ ਕਹਾਣੀ ਹੈ ਦੁਨੀਆ ਦੀ ਬਹੁਤ ਹੀ ਮਸ਼ਹੂਰ ਫੈਸ਼ਨ ਡਿਜ਼ਾਈਨਰ ਤੇ ਲੇਖਿਕਾ ਕ੍ਰਿਸਡਾ ਰੋਡਰੀਗਜ਼ ਦੀ, ਜਿਸ ਦੀ ਕੈਂਸਰ ਦੇ ਕਾਰਨ ਮੌਤ ਹੋ ਗਈ ਸੀ। ਕੈਂਸਰ ਨਾਲ ਆਪਣੀ ਮੌਤ ਤੋਂ ਪਹਿਲਾਂ ਉਹ ਲਿਖਦੀ ਹੈ ਕਿ ਮੇਰੇ ਕਾਰ ਗੈਰਾਜ ਵਿੱਚ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ ਖੜੀ ਹੈ, ਪਰ ਮੈਂ ਹਸਪਤਾਲ ਦੀ ਵ੍ਹੀਲਚੇਅਰ ਵਿੱਚ ਅੱਜ ਸਫ਼ਰ ਕਰ ਰਹੀ ਹਾਂ। ਮੇਰੇ ਘਰ ਅਲਮਾਰੀ ਵਿੱਚ ਹਰ ਤਰ੍ਹਾਂ ਦੇ ਮਹਿੰਗੇ ਕੱਪੜੇ ਪਏ ਹਨ, ਹਰ ਤਰ੍ਹਾਂ ਦੇ ਮਹਿੰਗੇ ਹੀਰੇ ਜਵਾਹਰਾਤ ਗਹਿਣੇ ਪਏ ਹਨ ਅਤੇ ਹਰ ਤਰ੍ਹਾਂ ਦੀਆਂ ਬੇਸ਼ੁਮਾਰ ਮਹਿੰਗੀਆਂ ਜੁੱਤੀਆਂ ਪਈਆਂ ਹਨ, ਪਰ ਅੱਜ ਮੈਂ ਹਸਪਤਾਲ ਦੀ ਦਿੱਤੀ ਹੋਈ ਇੱਕ ਚਾਦਰ ਵਿੱਚ ਨੰਗੇ ਪੈਰ ਲਿਪਟੀ ਹਾਂ। ਮੇਰੇ ਬੈਂਕ ਵਿੱਚ ਬੇਸ਼ੁਮਾਰ ਪੈਸੇ ਹਨ, ਪਰ ਉਹ ਹੁਣ ਮੇਰੇ ਕਿਸੇ ਕੰਮ ਦੇ ਨਹੀਂ। ਮੇਰਾ ਘਰ ਇੱਕ ਮਹਿਲ ਦੀ ਤਰ੍ਹਾਂ ਹੈ, ਪਰ ਮੈਂ ਹਸਪਤਾਲ ਦੇ ਡਬਲ ਸਾਈਜ਼ ਬੈੱਡ ਵਿੱਚ ਪਈ ਹਾਂ। ਮੈਂ ਡੇਲੀ ਇੱਕ 5-star ਹੋਟਲ ਤੋਂ ਦੂਜੇ 5-star ਹੋਟਲ ਵਿੱਚ ਜਾਂਦੀ ਸੀ, ਪਰ ਅੱਜ ਮੈਂ ਇੱਥੇ ਇੱਕ ਲੈਬ ਤੋਂ ਦੂਜੀ ਲੈਬ ਤੱਕ ਹੀ ਘੁੰਮ ਰਹੀ ਹਾਂ। ਮੈਂ ਕਰੋੜਾਂ ਚਾਹੁਣ ਵਾਲਿਆਂ ਨੂੰ ਆਪਣੇ ਆਟੋਗ੍ਰਾਫ ਵੀ ਦਿੱਤੇ ਹਨ, ਪਰ ਅੱਜ ਡਾਕਟਰ ਦੇ ਆਖਰੀ ਨੋਟ ਤੇ ਦਸਤਖਤ ਕੀਤੇ ਗਏ ਹਨ। ਮੇਰੇ ਕੋਲ 7 ਮਹਿੰਗੇ ਵਾਲਾਂ ਨੂੰ ਸ਼ਿੰਗਾਰਨ ਵਾਲੇ ਜੁਐਲਰੀ ਸੈੱਟ ਹਨ, ਪਰ ਅੱਜ ਮੇਰੇ ਸਿਰ ਤੇ ਇੱਕ ਵੀ ਵਾਲ ਨਹੀਂ। ਮੈਂ ਆਪਣੇ ਨਿੱਜੀ ਜਹਾਜ਼ ਤੇ ਕਿਤੇ ਵੀ ਇੱਕ ਥਾਂ ਤੋਂ ਦੂਜੀ ਥਾਂ ਜਾ ਸਕਦੀ ਸੀ, ਪਰ ਅੱਜ ਵ੍ਹੀਲਚੇਅਰ ਤੇ ਬਿਠਾਉਣ ਲਈ ਵੀ ਮੈਨੂੰ 2 ਬੰਦਿਆਂ ਦੀ ਲੋੜ ਪੈਂਦੀ ਹੈ। ਵੈਸੇ ਤਾਂ ਦੁਨੀਆ ਤੇ ਬਹੁਤ ਤਰ੍ਹਾਂ ਦੇ ਮਹਿੰਗੇ ਖਾਣੇ ਹਨ ਅਤੇ ਉਹ ਮੇਰੇ ਲਈ ਕੋਈ ਔਖੇ ਨਹੀਂ, ਪਰ ਮੇਰਾ ਹੁਣ ਖਾਣਾ ਸਵੇਰੇ 2 ਗੋਲੀਆਂ ਤੇ ਸ਼ਾਮ ਨੂੰ ਥੋੜਾ ਜਿਹਾ ਲੂਣ ਹੀ ਰਹਿ ਗਿਆ ਹੈ। ਮੇਰਾ ਘਰ, ਮੇਰਾ ਪੈਸਾ, ਮੇਰੀਆਂ ਕਾਰਾਂ, ਮੇਰੀ ਮਹਿੰਗੀ ਜੁਐਲਰੀ, ਮੇਰੀ ਸ਼ੋਹਰਤ ਕਿਸੇ ਕੰਮ ਨਹੀਂ ਆ ਰਹੀ, ਜਿਸ ਪਿੱਛੇ ਮੈਂ ਸਾਰੀ ਉਮਰ ਜੱਦੋਜਹਿਦ ਕੀਤੀ। ਇਹ ਸਭ ਕੁਝ ਹੁਣ ਮੈਨੂੰ ਇੱਕ ਪਲ ਦਾ ਵੀ ਸਕੂਨ ਨਹੀਂ ਦੇ ਰਿਹਾ। ਦੋਸਤੋ, ਇਹ ਬੋਲ ਉਸ ਮਸ਼ਹੂਰ ਲੇਖਿਕਾ ਦੇ ਹਨ ਜੋ ਕਿ ਇੱਕ ਬਹੁਤ ਹੀ ਅਮੀਰ ਹੈ ਅਤੇ ਉਹ ਸਭ ਕੁਝ ਪਾ ਸਕਦੀ ਸੀ, ਪਰ ਅੱਜ ਕੈਂਸਰ ਵਰਗੀ ਬਿਮਾਰੀ ਨੇ ਉਸ ਨੂੰ ਜਕੜ ਲਿਆ ਹੈ ਤੇ ਹੁਣ ਇਹ ਪੈਸਾ, ਕਾਰਾਂ, ਐਡੀ ਸ਼ੋਹਰਤ ਕਿਸੇ ਕੰਮ ਦੀ ਨਹੀਂ ਰਹੀ। ਦੋਸਤੋ, ਇਸੇ ਤਰ੍ਹਾਂ ਕੈਂਸਰ ਜਿਹੀ ਭਿਆਨਕ ਬਿਮਾਰੀਆਂ ਨਾਲ ਮਰਨ ਵਾਲੇ ਕਈ ਇੰਡੀਅਨ ਫਿਲਮੀ ਸਟਾਰਾਂ ਦੀ ਜੇਕਰ ਗੱਲ ਕਰੀਏ ਤਾਂ ਉਸ ਵਿੱਚ ਨਰਗਿਸ ਦੱਤ, ਜੋ ਕਿ ਸੰਜੇ ਦੱਤ ਦੀ ਮਾਂ ਹੈ ਅਤੇ ਉਹ ਕੈਂਸਰ ਕਰਕੇ ਮੌਤ ਦੀ ਨੀਂਦ ਸੋ ਗਈ ਅਤੇ ਆਪਣੇ ਪੁੱਤ ਸੰਜੇ ਦੱਤ ਦੀ ਡੈਬਿਊ ਫਿਲਮ ਤੱਕ ਨਹੀਂ ਦੇਖ ਸਕੀ। ਹਾਲਾਂਕਿ ਉਸਦੀ ਇੱਛਾ ਸੀ ਕਿ ਉਹ ਆਪਣੇ ਪੁੱਤਰ ਸੰਜੇ ਦੱਤ ਦੀ ਫਿਲਮ ਦੇਖੇ ਅਤੇ ਸਭ ਤੋਂ ਉੱਚੀ ਉੱਚੀ ਰੌਲਾ ਪਾਵੇ, ਪਰ ਉਸ ਨੂੰ ਇਹ ਵੀ ਦੇਖਣਾ ਨਸੀਬ ਨਹੀਂ ਹੋਇਆ। ਇਸੇ ਤਰ੍ਹਾਂ ਫਿਰੋਜ਼ ਖਾਨ, ਇਰਫਾਨ ਖਾਨ, ਰਿਸ਼ੀ ਕਪੂਰ ਅਤੇ ਵਿਨੋਦ ਖੰਨਾ ਵਰਗੀਆਂ ਮਹਾਨ ਸ਼ਖਸੀਅਤਾਂ ਵੀ ਇਸ ਭਿਆਨਕ ਬਿਮਾਰੀ ਦੀ ਜਕੜ ਵਿੱਚ ਆ ਗਈਆਂ। ਇਨ੍ਹਾਂ ਫਿਲਮੀ ਸਟਾਰਾਂ ਕੋਲ ਕੀ ਕੁਛ ਨਹੀਂ ਸੀ? ਬੇਸ਼ੁਮਾਰ ਪੈਸਾ, ਕਾਰਾਂ, ਮਹਿੰਗੇ ਕੱਪੜੇ, ਰਾਇਲ ਲਾਈਫ ਸਟਾਈਲ, ਪਰ ਉਹ ਸਭ ਕੁਝ ਇੱਥੇ ਹੀ ਰਹਿ ਗਿਆ। ਕੋਈ ਵੀ ਇਸ ਨੂੰ ਆਪਣੇ ਨਾਲ ਨਹੀਂ ਲਿਜਾ ਸਕਿਆ। 2 ਸਤਰਾਂ ਰਾਹੀਂ ਅਸੀਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ। ਜਗ ਰਚਨਾ ਸਭ ਝੂਠ ਹੈ, ਜਾਨ ਲਿਹੇ ਰੇ ਮੀਤ, ਕਹਿ ਨਾਨਕ ਥਿਰ ਨਾ ਰਹੇ ਜਿਉ ਬਾਲੁਕੇ ਬੀਤ। ਦੋਸਤੋ, ਜ਼ਿੰਦਗੀ ਇੱਕ ਬਹੁਤ ਹੀ ਛੋਟੀ ਹੈ ਅਤੇ ਮੌਤ ਹੀ ਸਭ ਤੋਂ ਵੱਡਾ ਸੱਚ ਹੈ, ਪਰ ਅਸੀਂ ਇਸ ਸੱਚ ਨੂੰ ਭੁਲਾਈ ਬੈਠੇ ਹਾਂ। ਆਓ ਕੋਸ਼ਿਸ਼ ਕਰੀਏ ਕਿ ਹਰ ਇੱਕ ਦੀ ਮਦਦ ਕਰੀਏ, ਕਿਸੇ ਦਾ ਵੀ ਹੱਕ ਨਾ ਮਾਰੀਏ, ਹੰਕਾਰੀ ਨਾ ਬਣੀਏ ਅਤੇ ਹਰ ਇੱਕ ਦਾ ਦਿਲੋਂ ਸਤਿਕਾਰ ਕਰੀਏ। ਹਰ ਇੱਕ ਨੂੰ ਗਲਵਕੜੀ ਵਿੱਚ ਲੈਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਹਮ ਆਦਮੀ ਹਾਂ, ਇੱਕਦਮ ਮੁਹਲਤ ਮੁਹਤ ਨਾ ਜਾਣਾ। ਅਜਿਹੀਆਂ ਹੋਰ ਵੀਡੀਓਜ਼ ਦੇਖਣ ਲਈ ਤੁਸੀਂ ਜੁੜੇ ਰਹੋ ਸਾਡੇ ਚੈਨਲ ਪ੍ਰਾਈਮ ਉਦੇ ਦੇ ਨਾਲ। ਧੰਨਵਾਦ।